방어라 지금 방에 탁 떨어졌다. 근데 이 철수도가 이겨서 그래요. ਅੱਜ ਅਸੀਂ ਆਸ਼ੀਰਵਾਦ ਲੈਣ ਆਇਆ ਜੀ ਬਾਬਾ ਲਾਲ ਜੀ ਦੇ ਆਸ਼ਰਮ ਦੇ। ਔਰ ਅੱਜ ਮੇਰਾ ਪਹਿਲਾ ਦਿਨ ਹੈ ਲੋਕ ਸਭਾ ਜਿਹੜਾ ਗੁਰਦਾਸਪੁਰ ਹੈ, ਔਰ ਪਾਰਟੀ ਹਾਈਕਮਾਂਡ ਨੇ ਇੱਥੋਂ ਮੈਨੂੰ ਉਮੀਦਵਾਰ ਉਤਾਰਿਆ, ਔਰ ਪਾਰਟੀ ਹਾਈਕਮਾਂਡ ਦਾ ਮੈਂ ਤਹਿ ਦਿਲ ਤੋਂ ਆਭਾਰ ਵਿਅਕਤ ਕਰਨਾ। ਔਰ ਪਾਰਟੀ ਦੇ ਵਰਕਰਾਂ ਨਾਲ ਅੱਜ ਮੁਲਾਕਾਤ ਹੋਈ ਹੈ, ਇੱਥੇ ਵੀ ਹੋਈ ਹੈ, ਦੀਨਾ ਨਗਰ ਵੀ ਹੋਈ ਹੈ। ਔਰ ਜਿਸ ਤਰੀਕੇ ਨਾਲ ਪਾਰਟੀ ਦੇ ਵਰਕਰਾਂ 'ਚ ਉਤਸਾਹ ਹੈ ਜੀ, ਹਰ ਵਰਕਰ ਇਹ ਚਾਹੁੰਦੇ ਰਹੇ ਆ ਕਿ ਲੋਕਲ ਕੈਂਡੀਡੇਟ ਹੋਣਾ ਚਾਹੀਦਾ, ਪਾਰਟੀ ਨੇ ਇਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਕੈਂਡੀਡੇਟ। ਸਰ, ਲੋਕਲ ਕੈਂਡੀਡੇਟ ਦੀ ਗੱਲ ਕੀਤੀ ਆ, ਪਿਛਲੇ 5 ਸਾਲ ਸੰਨੀ ਦਿਓਲ ਹਲਕੇ ਵਿੱਚ ਵੀ ਆਏ, ਕੀ ਕਹਿਣਾ, ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਦੇਖੋ, ਗੱਲ ਇਹ ਹੈ ਕਿ ਸੰਨੀ ਦਿਓਲ ਵਿੱਚ ਵਿੱਚ ਆਏ ਵੀ ਹਨ, ਇਹ ਨਹੀਂ ਗੱਲ ਕਿ ਮੈਂ ਪਹਿਲੇ ਵੀ ਦੇਖੇ MP ਜਿਹੜੇ ਕਿਹੜੇ ਕੋਈ ਆਉਂਦੇ ਰਹੇ ਨੇ, ਕੋਈ ਨਹੀਂ ਆਉਂਦਾ ਰਿਹਾ। ਲੇਕਿਨ ਇਸ ਗੱਲ ਨੂੰ ਠੀਕ ਹੈ, ਕਾਂਗਰਸ ਵਾਲੇ ਪ੍ਰਚਾਰ ਕਰਦੇ ਨੇ ਇਸ ਗੱਲ ਦਾ, ਉਹ ਜਿਹੜਾ ਪ੍ਰਚਾਰ ਹੋਇਆ ਉਸੇ ਕਾਰਨ ਜਿਹੜੀ ਆ ਪਾਰਟੀ ਹਾਈਕਮਾਂਡ ਨੇ ਇਸ ਵਾਰ ਸੋਚਿਆ ਕਿ ਲੋਕਲ ਕੈਂਡੀਡੇਟ ਆ ਦਿੱਤਾ ਜਾਏ। ਸਰ, ਇਲੈਕਸ਼ਨ ਕੰਪੇਨ ਸ਼ੁਰੂ ਕੀਤੀ ਗਈ ਅੱਜ, ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ? ਬਹੁਤ ਵਧੀਆ ਹੰਗਾਰਾ ਮਿਲ ਰਿਹਾ, ਤੁਸੀਂ ਦੇਖੋ ਪਾਰਟੀ ਦੇ ਵਰਕਰਾਂ 'ਚ ਕਿੰਨਾ ਉਤਸਾਹ ਆ। ਔਰ BJP ਇੱਕ ਐਸੀ ਪਾਰਟੀ ਹੈ ਜਿਹਦੇ 'ਚ ਵਰਕਰ ਲੜਾਈ ਲੜਦੇ ਨੇ, ਔਰ ਵਰਕਰ ਹਰ ਚੁਣੌਤੀ ਜਿਹੜੀ ਆ ਸਵੀਕਾਰ ਕਰਦੇ। ਕਹਿੰਦੇ ਕੋਈ ਮੁਸ਼ਕਲ ਇਲੈਕਸ਼ਨ, ਕੋਈ ਮੁਸ਼ਕਲ ਨਹੀਂ, ਠੀਕ ਹੈ, ਚੁਣਾਵ ਜਿਹੜਾ ਹਰ ਜਿਹੜਾ ਉਹਨੂੰ ਜਿਹੜਾ ਤਕੜੇ ਹੋ ਕੇ ਲੈਂਦਾ ਬੰਦਾ। ਲੇਕਿਨ ਅੱਜ ਅਸੀਂ ਦੀਨਾ ਨਗਰ ਜਿਹੜਾ ਨਾ ਜੀ, ਉੱਥੇ ਸਾਡਾ ਪ੍ਰੋਗਰਾਮ, ਜਿਹੜੀ ਸਾਡੇ ਬੂਥਾਂ ਦੇ ਇੰਚਾਰਜ ਬਣੇ ਨੇ, ਜੋਨ ਇੰਚਾਰਜ ਬਣੇ ਨੇ, ਉਹਨਾਂ ਦੀ ਸਾਰੀ ਟੀਮ ਜਿਹੜੀ ਹੈ, ਮਤਲਬ ਉਹਦਾ ਸੰਮੇਲਨ ਉੱਥੇ ਵੀ ਗਿਆ, ਔਰ ਵਧੀਆ ਮਤਲਬ ਲੋਕਾਂ 'ਚ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ, ਜਿਹੜੇ ਲੋਕਾਂ ਦੇ ਮਨ 'ਚ ਮੋਦੀ ਜੀ ਵਸੇ, ਇਸ ਕਰਕੇ ਕੋਈ ਮੁਸ਼ਕਲ ਨਹੀਂ ਬੁਲਾ। ਸਰ, ਦਿੱਲੀ ਦੀ, ਸਰ ਦਿੱਲੀ ਵਿੱਚ ਕੱਲ੍ਹ ਮਹਾਰੈਲੀ ਹੋਈ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ, ਕਿਸ ਤਰ੍ਹਾਂ ਦੇਖ ਰਹੇ ਜਨ? ਦੇਖੋ, ਜਿਹੜੇ ਲੋਕ ਕਰਪਸ਼ਨ ਕਰਨਗੇ, ਤੁਸੀਂ ਕੀ ਕਰਦੇ ਹੋ ਜਦੋਂ ਛੱਡਿਆ ਜਾਏ? 10-10 ਵਾਰੀ ED ਦੇ ਉਹਨੂੰ ਸੰਮਨ ਭੇਜੇ, ਤੁਸੀਂ ਇਹੋ ਅਮਿਤ ਸ਼ਾਹ ਜੀ ਦੇਖੋ, ਇਹੋ ਮੋਦੀ ਜੀ, ਇਹਨਾਂ ਨੂੰ ਸੰਮਨ ਭੇਜੇ ED ਨੇ, ਉਹ ਪੇਸ਼ ਹੋਏ ਨਹੀਂ, ਇਹ ਪੇਸ਼ ਨਹੀਂ ਹੋਏ ਕਰਦੇ, ਉਹਦਾ ਕਾਰਨ ਕੀ ਹੈ? ਕੋਈ ਨਾ ਕੋਈ ਗੱਲ ਹੈ ਨਾ ਜੀ, ਕੋਈ ਨਾ ਕੋਈ ਕਰਪਸ਼ਨ ਜਾਂ ਕੋਈ ਨਾ ਕੋਈ ਇਹਨਾਂ ਨੇ ਗਲਤ ਕੰਮ ਕੀਤਾ ਹੀ ਹੈ। ਹੁਣ ਇਹ ਹੈ ਵੀ ਜੇ ਇਹ ਜਿਹੜੇ ਪੈਸੇ ਨੇ, ਇਹ ਸਾਡੇ ਤੁਹਾਡੇ ਲੋਕਾਂ ਦੇ ਪੈਸੇ ਨੇ, ਜੇ ਇਹਨਾਂ ਨੇ ਚੰਦ ਲੀਡਰਾਂ ਨੇ ਪੈਸੇ ਆਪਣੇ ਘਰ ਵਾੜ ਜਾਣੇ, ਤਾਂ ਫਿਰ ਆਮ ਲੋਕਾਂ ਦਾ ਭਲਾ ਕਿੱਥੋਂ ਹੋਣਾ? ਸਰ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ED ਨੂੰ ਹਥਿਆਰ ਬਣਾ ਕੇ ਜੋ ਕਲੈਕਸ਼ਨ ਹੁੰਦੀ ਆ ਉਹਨੂੰ ਚੰਦੇ ਦੇ ਰੂਪ ਵਿੱਚ BJP ਜਿਹੜੀ ਆਪ ਲੈ ਰਹੀ ਆ, ਸਭ ਤੋਂ ਵੱਡੀ ਕਰਪਸ਼ਨ ਇਹ ਕਰੇ। ਦੇਖੋ, ਇਹ ਤੁਹਾਡੇ ਸਾਹਮਣੇ ਆ ਰਿਹਾ, ਬਾਕੀ ਜਿਹੜੇ ਆਮ ਲੋਕ ਉਹ ਕਿਹਨੂੰ ਕਿਹਨੂੰ ਰੰਗ ਰੱਖਦੀ? 10 ਸੰਮਨ ਭੇਜਿਆ, ਕੋਈ ਸੰਵਿਧਾਨ ਵੀ ਕੋਈ ਚੀਜ਼ ਹੈ ਰਹੀ ਦੇਸ਼ ਦੀ? ਇਹ ਤਾਂ ਸਾਰੇ ਜਿਹੜੀ ED ਹੈ ਜਾਂ ਵਿਜੀਲੈਂਸ ਹੈ, ਸਾਰੇ ਇੰਡੀਪੈਂਡੈਂਟ ਅਦਾਰੇ ਨੇ, ਇਹਨਾਂ ਦਾ ਕੋਈ ਪੋਲੀਟੀਕਲੀ ਕੋਈ ਉਹ ਨਹੀਂ, ਕਿਸੇ ਪਾਰਟੀ ਦਾ ਕੋਈ ਉਹ ਨਹੀਂ।
ਕੀ ਹੈ ਕਿ ਠੀਕ ਹੈ ਦੇਖੋ ਪਹਿਲੇ ਵੀ ਜੇ ਨਿਰਦੋਸ਼ ਹੁੰਦੇ ਜਿਹੜੇ ਚਾਰ ਪੰਜ ਲੋਕ ਆਪ ਦੇ ਅੰਦਰ ਨੇ ਉਹਨਾਂ ਨੂੰ ਜ਼ਮਾਨਤਾਂ ਨਹੀਂ ਮਿਲਦੀਆਂ ਸਾਲ ਸਾਲ ਡੇਢ ਸਾਲ ਅੰਦਰ ਹੋਏ ਦੇ ਕਿਸੇ ਨਾ ਕਿਸੇ ਉਹਨਾਂ ਦੀ ਗਲਤੀ ਹੈ ਉਹਨਾਂ ਨੇ ਗਲਤ ਕੰਮ ਕੀਤਾ ਹੀ ਹੈ ਇਸੇ ਕਰਕੇ ਉਹ ਅੰਦਰ ਨੇ ਜਿਸ ਦਿਨ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੇ ਸਾਰੇ ਜਵਾਨਾਂ ਦੇ ਸਵਾਦ ਆਵਾਂਗੇ ਅੱਜ ਸਿਰਫ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਹੈ।